तो दोस्तों एक बार फिर तो सार्या का पंजाबी चैनल हिंद पंजाब से स्वागत है अच गल करा दो वर्डिया खबर से सब तो पहला बुरे पते ए आई डी राजजीत सिंह और ड्रग कोटालिट डिमिस्ट कॉप सब इंस्पैक्टर इंदरजीत सिंह दूसरी वही खबर 2 ਕਰੋੜ ਦੀ ਕਰیکٹر ਨੂੰ ਨੌਕਰੀ ਦੇਣ ਲਈ ਚੱਲੇ ਵਿਭਾਗ ਤੋਂ ਬਾਅਦ ਲੱਗਦਾ ਹੈ ਇਹ 2 ਟਕੇ ਦੀ ਨੌਟਾਂਕੀ ਸੀ 2 ਕਰੋੜ ਦਾ ਕੋਈ ਮਸਲਾ ਕਿਵੇਂ ਬਣਿਆ ਕਿਵੇਂ ਉੱਭਰਿਆ ਤੇ ਕਿਵੇਂ ਅੱਧ ਖਿਸਕਦਾ ਹੋਇਆ ਨਜ਼ਰ ਆਇਆ ਸੋ ਇਹਨਾਂ ਤੋਂ ਅਗਲਾ ਨਹੀਂ ਗੱਲ ਕਰਾਂਗੇ ਪਹਿਲਾਂ ਚੱਲਦੇ ਹਾਂ ਰਾਜਜੀਤ ਸਿੰਘ ਔਰ ਇੰਦਰਜੀਤ ਸਿੰਘ ਬਾਰੇ ਜਦ ਪੰਜਾਬ ਸਰਕਾਰ ਨੇ ਕੋੜੇ ਦਿਨ ਪਹਿਲਾਂ ਮਹੀਨੇ ਅਕਤੂਬਰ ਤੋਂ ਪਹਿਲਾਂ ਰਾਜਜੀਤ ਸਿੰਘ ਨੂੰ ਵੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਇੰਦਰਜੀਤ ਸਿੰਘ ਪਹਿਲਾਂ ਹੀ ਨੌਕਰੀ ਤੋਂ ਬਰਖਾਸਤ ਹੋ ਉਸ ਪੁਰਾਣੀ ਐਫ ਆਈ ਆਰ ਵਿੱਚ ਰਾਜਜੀਤ ਸਿੰਘ ਆਈ ਜੀ ਰੈਂਕ ਦਾ ਅਫੀਸਰ ਉਸ ਨੂੰ ਵੀ ਨਾਮਜ਼ਦ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਇਸ ਬੰਦੇ ਦੀ ਜਿੰਨੀ ਪ੍ਰਾਪਰਟੀ ਔਰ ਇਸਨੇ ਜੋ ਲਿੰਕ ਨੇ ਨਾਕ ਮਾਫੀਆਂ ਨਾਲ ਹੋਣਾ ਸਾਰਿਆਂ ਦੀ ਵੀ ਜਾਂਚ ਹੋਵੇ ਇੱਕ ਜਿਹੜੀ ਐਂਟੀ ਕ腐ਪਸ਼ਨ ਅਦਾ ਜਿਹੜਾ ਕੇਸ ਹੁੰਦਾ ਉਹ ਵੀ ਇਹਦੇ ਤੇ ਲਾਗੂ ਹੋਵੇ ਡਰਗ ਦੇ ਚੱਕਰ ਤੋਂ ਇਲਾਵਾ ਲੇਕਿਨ ਉਸ ਤੋਂ ਬਾਅਦ ਹੋਇਆ ਕੁਝ ਨਹੀਂ ਰਾਜਜੀਤ ਸਿੰਘ ਅੱਜ ਵੀ ਫਰਾਰ ਨਹੀਂ ਮਿਲਿਆ ਨਾ ਹੀ ਪੰਜਾਬ ਸਰਕਾਰ ਨੇ ਕੁਝ ਦੱਸਿਆ ਕਿ ਉਹਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਨਾਕਾਮ ਹੋਈਆਂ ਤਾਂ ਕਿਵੇਂ ਹੋਈਆਂ ਜਾਂ ਕਿਤੇ ਫੜਦੇ ਫੜਦਿਆਂ ਤੋਂ ਬਚ ਕੇ ਬਾਹਰ ਨਿਕਲਿਆ ਦੇਸ਼ ਵਿੱਚ ਹੈ ਵੀ ਕਿ ਨਹੀਂ ਹੈ ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਭਗ ਹੁਣ ਸਿਕੰਦਰ ਦੂਸਰੇ ਪਾਸਿਓਂ ਕਸਤਾ ਨਜ਼ਰ ਆ ਰਿਹਾ ਕੱਲ 24 ਘੰਟੇ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਸਰਕਾਰ ਨੂੰ ਕਿਹਾ ਚਿੱਠੀ ਲਿਖੀ ਆਫੀਸ਼ੀਅਲ ਕਿ ਤੁਹਾਨੂੰ ਰਾਜਜੀਤ ਸਿੰਘ ਦੀ ਪੂਰੀ ਜਾਣਕਾਰੀ ਸਾਡੇ ਹਵਾਲੇ ਕੀਤੀ ਜਾਵੇ ਐਸਆਈ ਟੀ ਰੀਆਂ ਉਹ ਰਿਪੋਰਟਾਂ ਜਿਨ੍ਹਾਂ ਵਿੱਚ ਰਾਜਜੀਤ ਸਿੰਘ ਦਾ ਜ਼ਿਕਰ ਹੈ ਉਹ ਤੁਹਾਨੂੰ ਸੌਂਕੀਆਂ ਜਾਣ ਹਾਲਾਂਕਿ ਕੁਝ ਹੋਰ ਰਿਪੋਰਟਾਂ ਡਰਗ ਮਾਮਲੇ ਨਾਲ ਜੁੜੀਆਂ ਆਲਰੇਡੀ ਐਡੀ ਕੋਲ ਹੈਗੀਆਂ ਜਿਹੜੀਆਂ ਉਸ ਸਮੇਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਆਦੇਸ਼ਾਂ ਤੇ ਪੰਜਾਬ ਸਰਕਾਰ ਨੇ ਉਸ ਸਮੇਂ ਦੇ ED ਦੇ ਡਿਪਟੀ ਡਾਇਰੈਕਟਰ ਨੂੰ ਪੇਸ਼ ਕੀਤੀਆਂ ਸੰਦੇ ਦਿੱਤੀਆਂ ਤਾਂ ਹਵਾਲੇ ਕੀਤੀਆਂ ਇੱਕ ਕੇਸ ਵੀ ਰਜਿਸਟਰ ਕੀਤਾ ਗਿਆ ਸੀ ਡਰਗ ਘਟਾਲੇ ਨੂੰ ਲੈ ਕੇ ਔਰ ਉਹ ਕੇਸ ਬਾਅਦ ਵਿੱਚ ਟ੍ਰਾਂਸਫਰ ਕਰਕੇ ਦਿੱਲੀ ਭੇਜ ਦਿੱਤਾ ਗਿਆ ਉਸ ਦਾ ਕੀ ਹੋਇਆ ਕਿਸੇ ਨੂੰ ਪਤਾ ਨਹੀਂ ਲੇਕਿਨ ਘਰ ਦੇ ਰਾਏ ਦਰੁਸ਼ਤਾ ਹੈ ED ਨੇ ਇੱਕ ਵਾਰੀ ਫੇਰ ਆਪਣੀ ਦਿਲ ਤਸਵੀਰ ਦਿਖਾਈ ਹੈ ਰਗ ਮਸਲੇ ਨੂੰ ਲੈ ਕੇ ਲੇਕਿਨ ਇਸ ਵਾਰ ਖਾਸ ਤੌਰ ਤੇ ਰਾਜਜੀਤ ਸਿੰਘ ਔਰ ਇੰਦਰਜੀਤ ਸਿੰਘ ਨੂੰ ਲੈ ਕੇ ਔਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕੀਤੇ ਜਾਣ ਲੱਗਦਾ ਹੈ ਇਹ ਹੈ ਕਿ ਪੰਜਾਬ ਸਰਕਾਰ ਦੀ ਢਿੱਲੀ ਮਿੱਟੀ ਢਿੱਲੀ ਮੱਟੀ ਕਾਰਵਾਈ ਨੂੰ ਦੇਖਦੇ ਹੋਏ ਸਾ ਜੋ ਦਿੱਲੀ ਸਰਕਾਰ ਦਾ ਫੋਕਸ ਹੈ ਰਗ ਦੇ ਖਿਲਾਫ ਉਨੂੰ ਲੈ ਕੇ ਕਿਤੇ ਸਰਗਰਮੀ ਦਿਖਾਈ ਗਈ ਹੈ ਇਹ ਵੀ ਹੋ ਸਕਦਾ ਕਿ ਉਹ ਪੁਰਾਣਾ ਕੇਸ ਜਿਹੇ ਚ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਇਆ ਸੀ ਭੋਲੇ ਦੀ ਸਟੇਟਮੈਂਟ ਤੋਂ ਬਾਅਦ ਉਹ ਕੇਸ ਜਿਹੜਾ ਵਟੇ ਖਾਤੇ ਪਿਆ ਉਹ ਵੀ ਸ਼ਾਇਦ ਹੁਣ ਖੋਲ ਲਿਆ ਜਾਵੇ ਕਿਉਂਕਿ ਵਿਕਰਮਜੀਤ ਸਿੰਘ ਵਾਲੇ ਕੇਸ ਵਿੱਚ ਵੀ ਕਿਤੇ ਕਿਸਮ ਦੀ ਕੋਈ ਕਾਰਵਾਈ ਅੱਗੇ ਵਧੀ ਨਹੀਂ ਆ ਰਹੀ ਨਾ ਤਾਂ ਉਹਦੇ ਅਰਸ਼ ਕਰਨ ਤੋਂ ਪਹਿਲਾਂ ਕੋਈ ਸਟੇਟਮੈਂਟ ਲਈ ਗਈ ना उन्हों तो बाद कोई करोशन हुई, ना जमानत तो छुट्ट तो बाद कोई पूछगिछ हो तो कितने ना कि लगता है कि पंजाब सरकार की अफसर शाही का एक हिस्सा इन केसा की तय तक नहीं जाना चाहता एक बड़ी स्ट्रोंग ब्यूरोक्रैटिक लॉबी, जिस आई एस और आई पी एस दोनों शामिल ने ਉਹ ਨਹੀਂ ਕਹੁੰਦੇ ਕਿ ਇਹੋ ਜਿਹੀ ਕੇਸ ਵਿੱਚ ਇੱਕ ਇਮਾਨਦਾਰੀ ਵਾਲੀ ਇਨਵੈਸਟੀਗੇਸ਼ਨ ਹੋਵੇ ਕਿਉਂਕਿ ਅਗਰ ਇਮਾਨਦਾਰੀ ਨਾਲ ਇਨਵੈਸਟੀਗੇਸ਼ਨ ਹੋਈ ਤਾਂ ਬੜੀਆਂ ਹੋਰ ਵੱਡੀਆਂ ਮੱਖੀਆਂ ਦੇ ਨਾਂ ਵੀ ਉਜਾਗਰ ਹੋਣਗੇ ਇਹ ਡਰਦੇ ਕਿਤੇ ਹੋਰ ਬੰਦੇ ਇਸ ਕੰਦੇ ਚਪੇਟ ਚ ਨਾ ਆ ਜਾਣ ਉਸ ਤੋਂ ਡਰ ਕੇ ਬਚਣ ਲਈ ਇਹ ਇਨਕੁਆਰੀਜ਼ ਨੂੰ ਅੱਗੇ ਨਹੀਂ ਵਧਾ ਰਹੇ ਹੁਣ ਵਟਣਾ ਥੋੜਾ ਜਿਹਾ ਮੁਸ਼ਕਲ ਲੱਗਦਾ ਇਹ ਰਿਪੋਰਟ ਪੰਜਾਬ ਸਰਕਾਰ ਦੇਣੋਂ ਨਾ ਨਹੀਂ ਕਰ ਸਕਦੀ ਕਿਉਂਕਿ ਈਡੀ ਸੈਂਟਰਲ ਗਵਰਨਮੈਂਟ ਦਾ ਐਕਟ ਹੈ ਔਰ ਜਿਹੜੇ ਕੇਸੇ ਚ ਆਲਰੇਡੀ ਕ੍ਰਿਮੀਨਲ ਕੇਸਸ ਦਾਇਰ ਹੋ ਚੁੱਕੇ ਹੋਣ ਉਹਨਾਂ ਦੀ ਜਾਣਕਾਰੀ ਈਡੀ ਮੰਗ ਸਕਦੀ ਹੈ ਕਿ ਦਰਜ ਹੋਣ ਤੋਂ ਪਹਿਲਾਂ ਸ਼ਾਇਦ ਈਡੀ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਮਤਲਬ ਅਗਰ ਕਿਸੇ ਸਾਖਸ਼ ਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਦਰਜ ਨਹੀਂ ਹੈ ਕੋਈ ਚਲਾਨ ਨਹੀਂ ਹੋਇਆ ਕੋਈ ਪਰਚਾ ਦਰਜ ਨਹੀਂ ਹੋਇਆ ਐਫ ਆਈ ਆਰ ਨਹੀਂ ਹੋਈ ਤਾਂ ਏਡੀ ਉਹਨਾਂ ਕੇਸਸ ਵਿੱਚ ਦਖਲ ਨਹੀਂ ਦੇ ਸਕਦੀ ਇਹਦੀ ਆਪਣੇ ਲੈਵਲ ਤੇ ਪਰਚਾ ਦਾਖਲ ਨਹੀਂ ਕਰ ਸਕਦੀ ਸੀ ਆਰ ਪੀ ਸੀ ਦੀਆਂ ਤਾਰਾਵਾਂ ਆਲਰੇਡੀ ਕਿਤੇ ਲੱਗੀਆਂ ਹੋਈਆਂ ਉਹਨਾਂ ਕੇਸਸ ਦੀ ਜਾਂਚ ਨੂੰ ਹੀ ਐਮ ਫੋਰਟਨ ਡਾਇਰੈਕਟੋਰੇਟ ਅੱਗੇ ਵਧਾ ਸਕਦੀ अगर एक शर्त ना होती तो ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੇ ਤਰੀਕਿਆਂ ਨਾਲ ਇਹ ਦੀ ਪਿਛਲੇ ਕੁਝ ਸਾਲਾਂ ਤੋਂ ਇੰਨੇ ਸਰਗਰਮ ਹੈ ਤੋਂ ਅੱਧੇ ਦੇਸ਼ ਤੇ ਕੇਸ ਹੋਏ ਹੋਣੇ ਸੀ منی ਲਾਂਡਰਿੰਗ ਤੇ ਇੰਨੇ ਵਟੇ ਲੈਵਲ ਤੇ ਦੇਸ਼ ਵਿੱਚ ਹੋ ਰਹੀ ਹੈ ਜਿਨ੍ਹਾਂ ਦੇ ਖਿਲਾਫ ईडी ਦਾ ਐਕਸ਼ਨ ਨਹੀਂ ਹੋਇਆ ਉਹਦਾ ਮਤਲਬ ਇਹ ਹੈ ਕਿ ਉਹਨਾਂ ਬੰਦਿਆਂ ਦੇ ਖਿਲਾਫ ਕੋਈ ਕ੍ਰਿਮੀਨਲ ਪਰਚਾ ਦਰਜ ਨਹੀਂ ਹੈ ਹੁਣ ਰਾਜਜੀਤ ਸਿੰਘ ਔਰ ਇੰਦਰਜੀਤ ਸਿੰਘ ਦੇ ਉੱਪਰ ਆਲ ਰੈਡੀ एफआईआर ਰਖ ਹੋ ਚੁੱਕੀਆਂ ਨੇ ਜਾਂ एफआईआर ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਔਰ ਇੱਕ ਕੇਸ ਕੀਤਾ ট্রায়াল ਵੀ ਸ਼ੁਰੂ ਹੋ ਗਈ ਹੈ ਸਟੇਟਮੈਂਟਸ ਰਿਕਾਰਡ ਹੋਣੀਆਂ ਸ਼ੁਰੂ ਹੋ ਗਈਆਂ ਇੱਕ ਡੀਐਸਪੀ ਅਵਤਾਰ ਸਿੰਘ ਦੀ ਸਟੇਟਮੈਂਟ ਜਸਪਾਲ ਸਿੰਘ ਦੀ ਸਟੇਟਮੈਂਟ ਆਲਰੇਡੀ ਹੋ ਗਈ ਹੈ ਇਲਰਜੀਤ ਸਿੰਘ ਦੀ ਸਟੇਟਮੈਂਟ ਵੀਆ ਵੀਡੀਓ ਕਾਨਫਰੈਂਸਿੰਗ ਦੇ ਹੋ ਗਈ ਲੇਕਿਨ ਉਸਨੇ ਡਿਮਾਂਡ ਕੀਤੀ ਕਿ ਅਗਲੀ ਤਰੀਕ ਤੇ ਮੈਨੂੰ कोर्ट ਦੇ ਸਾਹਮਣੇ ਪੇਸ਼ ਹੋਣ ਦੀ ਪਰਮਿਸ਼ਨ ਦਿੱਤੀ ਜਾਵੇ ਮੈਂ ਕਚਹਿਰੀ ਵਿੱਚ ਖੜਾ ਹੋ ਕੇ ਦੇਖਣਾ ਚਾਹੁੰਦਾ ਕਿ ਸਰਕਾਰੀ ਵਕੀਲਾਂ ਨੇ ਜੋ ਮੇਰੇ ਖਿਲਾਫ ਕੇਸ ਦੀ ਕਾਰਵਾਈ ਕਾਰਵਾਈ ਕਰ ਰਹੇ ਨੇ ਮੈਂ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਬਾਡੀ ਲੈਂਗੁਏਜ ਦੇਖ ਕੇ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਪੜ ਕੇ ਆਪਣੇ ਤਰੀਕੇ ਨਾਲ ਜਵਾਬ ਦੇ ਸਕਾਂ ਮੈਂ ਕੋਰਟ ਦੇ ਅੰਦਰ ਹਾਜ਼ਰ ਹੋ ਕੇ ਅਗਲੀ ਕਾਰਵਾਈ ਕਰਨੀ ਚਾਹੁੰਦਾ ਔਰ ਸ਼ਾਇਦ ਕੋਰਟ ਨੇ ਉਹਦੀ ਇਹ ਗੱਲ ਮੰਨ ਲਈ ਗਿਆ ਅਗਲੀ ਤਰੀਕ ਤੇ ਅੰਦਰਜੀਤ ਸਿੰਘ ਮਹਾੜੀ ਦੀ ਉਸ ਕੋਰਟ ਵਿੱਚ ਹਾਜ਼ਰ ਹੋ ਸਕਦਾ ਹੈ ਅਗਰ ਕੋਈ ਹੋਰ ਸਮੱਸਿਆ ਖੜੀ ਨਾ ਕੀਤੀ ਗਈ ਤਾਂ ਸੋ ਦੋਸਤੋ ਇਹ ਕੇਸ ਅੱਗੇ ਵਧਣ ਦੀ ਥੋੜੀ ਜੀ ਚਿੰਬ ਜਾਗੀ ਹੈ ਅੱਗੇ ਦੇਖੋ ਪੰਜਾਬ ਸਰਕਾਰ ਕਿੰਨੀ ਜਲਦੀ ਜਾਂ ਕਿੰਨੀ ਦੇਰ ਵਿੱਚ ਇਹ ਸਾਰੇ ਡਾਕੂਮੈਂਟ ਈਡੀ ਦੇ ਹਵਾਲੇ ਕਰਦੀ ਹੈ ਅਗਰ ਤਾਂ ਪੰਜਾਬ ਸਰਕਾਰ ਪੰਜਾਬ ਪੁਲਿਸ ਡੀਜੀਪੀ ਆਫਿਸ ਸਾਡਾ ਆਈਐਲ ਦਾ ਆਫਿਸ ਹੈ ਲੀਗਲ ਮੈਂਬਰੈਂਸ ਦਾ ਆਫਿਸ ਹੈ ਲੀਗਲ ਡਿਪਾਰਟਮੈਂਟ ਲੀਗਲ ਐਡਵੋਕੇਟੀਆਂ ਨਾਲ ਦਾ ਆਫਿਸ ਵੀ ਆਉਂਦਾ ਹੈ ਇਹ ਕਿੰਨੀ ਗਲਤੀ ਸਾਰੇ ਡਾਕੂਮੈਂਟ ਈਡੀ ਦੇ ਹਵਾਲੇ ਕਰ ਦਿੰਦੇ ਜੇ ਕੋਈ ਉਥੇ ਵੀ ਟਲਬਟ ਕਰਦੇ ਆ ਲਟਕਾਉਂਦੇ ਆ ਟੁਰਕਾਉਂਦੇ ਆ ਤੇ ਫਿਰ ਗੱਲ ਹੋਰ ਕਲੀਅਰ ਹੋ ਜਾਏਗੀ ਕਿ ਕਿਤੇ ਨਾ ਕਿਤੇ ਇਸ ਪੂਰੇ ਕੇਸ ਨੂੰ ਸਬੋਟੇਜ ਕੀਤਾ ਜਾ ਰਿਹਾ ਉਹ ਗੱਲ ਵੀ ਹੁਣ ਸਾਹਮਣੇ ਆ ਜਾਏਗੀ ਅਗਰ ਇਮੀਡੀਏਟਲੀ ਜਿੰਨੀ ਜਲਦੀ ਕਿਉਂਕਿ ਸਾਰੇ ਡਾਕੂਮੈਂਟਸ ਰੈਡੀ ਪੈ ਨਹੀਂ ਨਾ ਕੋਲੇ ਕੋਈ ਲੱਭਣ ਦੀ ਲੋੜ ਨਹੀਂ ਐ ਕੋਈ ਵਾਕੀਆਂ ਫਾਈਲਾਂ ਨੂੰ ਟ੍ਰੈਕੋਲ ਕਰਨ ਦੀ ਲੋੜ ਨਹੀਂ ਐ ਐਨੀਥਿੰਗ ਇਜ਼ ਔਨ ਦਾ ਟੇਬਲ ਹਲੂ ਦੀ ਇੱਕ ਕਾਪੀ ਕਰਕੇ ਅੱਗੇ ਭੇਜਣੀ ਐ ਹੁਣ ਤਾਂ ਬੰਦੇ ਭੇਜਣ ਦੀ ਲੋੜ ਨਹੀਂ ਪੈਂਦੀ ਕੋਈ ਫਾਈਲ ਲੈ ਕੇ ਦਿੱਲੀ ਜਾਓ ਤੇ ਦੇ ਕੇ ਆਓ ਈਮੇਲ ਤੇ ਰਾਹੀਂ ਸਾਰੇ ਡਾਕੂਮੈਂਟ ਟ੍ਰਾਂਸਫਰ ਕੀਤੇ ਜਾ ਸਕਦੇ ਪਹਿਲਾਂ ਬੰਦ ਜਾਂਦੀਆਂ ਪੀਡੀਐਫ ਫਾਈਲ ਇਹ ਉਹ ਜਿਹੜੀਆਂ ਜੈਨੂਅਲ ਬੰਨੀਆਂ ਜਾਂਦੀਆਂ ਨੇ ਸੋ ਦੇਖਦੇ ਆਉਣ ਵਾਲੇ ਦਿਨਾਂ ਚ 1 ਜਨਵਰੀ ਦਾ ਉਠ ਜਿਹੜਾ ਉਹ ਕਿਚ ਕਰਵਟ ਬੈਠਦਾ ਉਸ ਦੇ ਨਾਲ ਦੂਜੀ ਵੰਟੀਕਰ ਇੱਕ ਜੁਗਲਬੰਦੀ ਚੱਲ ਰਹੀ ਸੀ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਆਂਗ ਭਗਵਾਨ ਤਮਨ ਔਰ ਪੁਰਾਣੇ ਸੀਐਮ ਚਰਨਜੀਤ ਚੰਨੀ ਦੀ ਤੰਮੀਰੀ ਇਲزام ਲਗਾਇਆ ਗਿਆ ਕਿ ਚਰਨ ਚੰਨੀ ਨੇ ਇੱਕ ਕ੍ਰਿਕਟ ਖਿਡਾਰੀ ਨੂੰ ਨੌਕਰੀ ਦੇਣ ਲਈ 2 ਕਰੋੜ ਰੁਪਏ ਦੀ ਰਕਮ ਮੰਗੀ ਆਪਣੇ ਪਤੀ ਦੇ ਦਿੱਤੋ ਭਗਵਾਨਤਮਾਨ ਸ਼ਾਦਨੂ ਭਾਂਜਾ ਕਹੀ ਜਾਂਦੇ ਸੀ ਪਰ ਚੰਨੀ ਨੇ ਖੁਦ ਕਹਿਤਾ ਕਿ ਉਹ ਮੇਰੇ ਭਰਾ ਮਕਦਾ ਬੇਟਾ ਮਨੋਹਰ ਦਾ ਬੇਟਾ ਹੈ ਪਤੀ ਜਾਰ ਪਹਿਲੀ ਗੱਲ ਤਾਂ ਹਰਾਨੀ ਹੁੰਦੀ ਸੀ ਉਹਦੇ ਜਦੋਂ ਇੱਕ ਕ੍ਰਿਕਟਰ ਨੌਕਰੀ ਮੰਗੇ ਕਰੇਕਟਰ ਦਾ ਧੰਨਾ profession ਆਪਣੇ ਹੱਥ ਇੰਨਾ ਪੈਸੇ ਵਾਲਾ ਹੈ ਕਿ ਕੋਈ ਕਰੈਕਟਰ ਨੌਕਰੀ ਮੰਗਣ ਦਾ ਮੰਗਦਾ ਤਾਂ ਸ਼ਰਮ ਆਉਦੀ ਹੈ ਇੰਨੇ ਪੈਸੇ ਕਮਾ ਲੈਂਦੇ ਮੈਂ ਵੀ ਬਹੁਤ ਆਰਾਮਤੀ ਕਿ ਇਹ ਹੋ ਜਾ ਕਿਹੜਾ ਕਰੈਕਟਰ ਹੋ ਸਕਦਾ ਜਿਹੜਾ ਸਰਕਾਰੀ ਨੌਕਰੀ ਮੰਗਦਾ ਹੋਵੇ ਰੋ ਨੂੰ ਉਹ ਨੌਕਰੀ ਦੇਣ ਲਈ ਚੰਨੀ ਜਾਉ ਉਹਦਾ ਪਤੀ ਜਾ 2 ਕਰੋੜ ਰੁਪਏ ਦੀ ਡਿਮਾਂਡ ਕਰ ਰਿਹਾ ਹੋਵੇ ਇਹੋ ਜੀ ਕਿਹੜੀ ਨੌਕਰੀ ਹੈ ਮਾਨਸਿਕ ਲੋਕ ਇੱਕ ਕਮੈਂਟ ਲਈ ਇਹ ਅਗਰ ਚੰਨੀ ਸਰਕਾਰ ਉਹਨੂੰ 2 ਕਰੋੜ ਲੈ ਕੇ ਨੌਕਰੀ ਦੇ ਵੀ ਦਿੰਦੀ ਉਹ ਯੰਗਸਟਰ ਮੁੰਡਾ ਜੇ ਥੱਲੇ ਦੇ ਕਿਸੇ ਔਦੇ ਤੇ ਨੌਕਰੀ ਮਿਲਦੀ ਸੀ 50000 ਰੁਪਏ ਮਹੀਨੇ ਦੀ ਤਨਖਾਹ ਉਹਦੀ ਕੁਆਲਿਫਿਕੇਸ਼ਨ ਵੀ ਇੰਨੀ ਨਹੀਂ ਆ ਕੋ ਬਹੁਤ ਵੱਡਾ 플레이ਰ ਵੀ ਨਹੀਂ ਆ ਉਹ ਵੀ ਦੱਸ ਆ ਕੇ ਤੁਹਾਨੂੰ ਸਭ 50000 ਰੁਪਿਆ ਮਹੀਨਾ ਸਾਲ ਦਾ 6 ਲੱਖ ਰੁਪਿਆ 10 ਸਾਲਾਂ ਦਾ 60 ਲੱਖ ਰੁਪਿਆ 20 ਸਾਲਾਂ ਦਾ 1 ਕਰੋੜ 20 ਲੱਖ ਰੁਪਈਆ ਤੇ 2 ਕਰੋੜ ਰੁਪਈਆ ਕਿੰਨੇ ਸਾਲਾਂ ਚ ਉਹਨੇ ਪੂਰਾ ਕਰਨਾ ਸੀ ਅਗਰ ਨੌਕਰੀ ਲੈ ਵੀ ਲੰਦਾ 2 ਕਰੋੜ ਦੇ ਕੇ 30 ਸਾਲ ਲੱਗ ਜਾਣੇ ਇਥੇ ਨੂੰ ਉਹਦੇ ਨਾਲ ਡੈਪ੍ਰੀਸੀਏਸ਼ਨ ਲੈ ਲਓ ਮਹਵਾਈ ਲੈ ਲਓ ਔਰ ਜਿੰਨਾ ਉਹਦਾ ਨੁਕਸਾਨ ਉਹ 2 ਕਰੋੜ ਰੁਪਈਆ ਇਕੱਠਾ ਦੇ ਕੇ ਇੰਟਰਸਟ ਚ ਹੋਣਾ ਸੀ ਉਹਦਾ ਵੀ ਖੇ ਦੇਖ ਗਿਣ ਲਓ ਅੱਜ ਤੁਸੀਂ ਅਗਰ 1 ਕਰੋੜ ਰੁਪਇਆ ਬੈਂਕ ਚ ਰੱਖਦੇ ਹੋ ਤੇ ਤੁਹਾਨੂੰ ਘਟੋ ਘਟ 60 ਹਜ਼ਾਰ ਰੁਪਇਆ ਮਹੀਨੇ ਦਾ ਇੰਟਰਸਟ ਆਉਂਦਾ ਤੇ 2 ਕਰੋੜ ਬੈਂਕ ਚ ਰੱਖੋ ਤੇ 1 ਲੱਖ 20 ਹਜ਼ਾਰ ਰੁਪਇਆ ਤੁਸੀਂ ਘਰ ਬੈਠੇ ਇੰਟਰਸਟ ਦਾ ਲੈ ਸਕਦੇ ਹੋ ਗ੍ਰਾਫਟੀ ਕਰਾਉਣੇ ਹੁੰਦਾ ਕਿਹੜਾ ਇਹੋ ਜਿਹਾ ਬੇਕੂਫ ਹੋਊਗਾ ਜਿਹੜਾ 1 ਲੱਖ 20 ਹਜ਼ਾਰ ਰੁਪਏ ਦੀ ਕਮਾਈ ਛੱਡ ਕੇ 50 60 ਹਜ਼ਾਰ ਰੁਪਏ ਦੀ ਨੌਕਰੀ ਵੀ ਲੈ ਲਏਗਾ ਉਹ 2 ਕਰੋੜ ਵੀ ਗਿਆ ਅੱਗੇ ਨੌਕਰੀ ਲੈਣੀ ਆ ਉਹ ਦੋ ਕਰੋੜ ਦਾ ਪੂਰਾ ਕੰਮ ਕਿੰਨਾ ਸਮਾਂ ਲੱਗ ਜਾਣਾ ਇਹ ਕੋਈ ਸਮਝ ਨਹੀਂ ਸਿਆਰਾ ਕਿਥਾ ਕੀ ਹੈ ਭਗਵਾਨਤਮਾਨ ਕਹਿੰਦੇ ਮੈਂ ਪਿਛਲੇ ਦੋ ਲੇ ਮਹੀਨਾ ਡੇਢ ਮਹੀਨਾ ਪਹਿਲਾਂ ਧਰਮਸਾਲਾ ਆਈਪੀਐਲ ਦਾ ਮੈਚ ਦੇਖਣ ਗਿਆ ਸੀ ਤਦ ਫਿਰ ਸੀਐਮ ਕੋਲ ਇੰਨਾ ਸਮਾਂ ਕਿੱਥੇ ਮਿਲ ਜਾਂਦਾ ਚੰਡੀਗੜ੍ਹ ਮਹਾਲੀ ਦੇ ਬਾਰਡਰ ਤੇ ਤੈਦੀਆਂ ਨੂੰ ਛਡਾਉਣ ਲਈ ਸਾਧਾ ਮੋਰਚਾ ਦੀ ਇਕ ਮੋਰਚਾ ਲੱਗਿਆ ਬਜਟੇ ਮੰਡੀ ਦਾ ਕੰਬੀ ਮੋਰਚਾ ਲੱਗਿਆ ਮੰਡੀ ਸਿੱਖਾਂ ਦੀ ਰਹਾਇ ਲਈ ਚੰਡੀਗੜ੍ਹ ਤੇ ਆਪਣੇ ਸਰਕਾਰੀ ਨਿਵਾਸ ਤੋਂ ਲਾਫਟ ਕਿਲੋਮੀਟਰ 7-8 ਕਿਲੋਮੀਟਰ ਦੂਰ ਜਾ ਕੇ ਮੁੱਖ ਮੰਤਰੀ ਨੂੰ ਉਹਨਾਂ ਦੀ ਗੱਲ ਪੁੱਛਣ ਦਾ ਸਮਾਂ ਨਹੀਂ ਮਿਲਿਆ ਧਰਨਸਾਲਾ ਚਲੇ ਜਾਂਦੇ ਆ ক্রিকেট ਦਾ ਮੈਚ ਦੇਖਣ ਇਹ ਬੜਾ ਅਜੀਬ ਲੱਗਦਾ ਪ੍ਰਾਇੋਰਟੀ ਕੀ ਆ ਸਰਕਾਰ ਦੀਆਂ ਸਮਝ ਨਹੀਂ ਆਉਂਦੀਆਂ ਅੱਧਾ ਹਿੰਦੁਸਤਾਨ ਕੋ ਮਿਆਇਆ ਮੁੱਖ ਮੰਤਰੀ ਬਣਨ ਤੋਂ ਬਾਅਦ ਪਰ ਕਦੇ ਮਹਾਲੀ ਚੰਡੀਗੜ੍ਹ ਬਾਰਡਰ ਤੇ ਨਹੀਂ ਗਏ। ਇਹ ਹਮੇਸ਼ਾ ਜਿੱਥੇ ਵੀ ਇਕੇ ਤੇ ਇਹੋ ਜਿਹੇ ਲੋਕ ਤਾਂ ਨੇ ਬੈਠ ਕੇ ਆਪਣੀਆਂ ਡਿਮਾਂਡਸ ਲਈ ਮੰਗਾਂ ਲਈ। ਉਹ ਪਾਮਿਆਂ ਘਨ ਵਾਲੀ ਵਰਕਰ ਹੋਣ ਟੈਂਪਰੇਰੀ ਵਰਕਰ ਹੋਣ ਕੰਟਰੈਕਟਿਊਅਲ ਵਰਕਰ ਹੋਣ ਜਿਹੜੇ ਕੁਝ ਆਪਣੀਆਂ ਮੰਗਾਂ ਲੈ ਕੇ ਬੈਠਦੇ ਆ ਕਿਸੇ ਨੂੰ ਮਿਲੰਦਾ ਟਾਈਮ ਨਹੀਂ ਆ। ਈਵਨ ਸਿੱਧੂ ਮੂਸੇਵਾਲੇ ਦੇ ਪਿਤਾਪੁਰ ਬਲਕੌਰ ਤੋਂ ਮਿਲੰਦਾ ਸਮਾਂ ਨਹੀਂ ਆ। ਲੇਕਿਨ ਦਿੱਲੀ ਜਾ ਸਕਦੇ ਆ ਮੁੰਬਈ ਜਾ ਸਕਦੇ ਆ ਚੇਨਈ ਜਾ ਸਕਦੇ ਆ ਅਸਾਮ ਜਾ ਸਕਦੇ ਆ ਕਲਕੱਤਾ ਜਾ ਸਕਦੇ ਆ ਕਿਤੇ ਵੀ ਕਮ ਸਾਡੇ ਧਰਮਸ਼ਾਲਾ ਵੀ ਜਾ ਸਕਦੇ ਆ ਵਿੱਚ ਜੇ ਜਰਮਨੀ ਵੀ ਜਾਇਆ ਇੱਥੇ ਪਿੱਛੇ ਦੇ ਜਾ ਕੇ ਜੇ ਕੈਨੇਡਾ ਵੀ ਚਲੇ ਜਾਣਗੇ ਆਸਟ੍ਰੇਲੀਆ ਜਾਇਆ ਹੋਣਗੇ ਲੇਕਿਨ ਪੰਜਾਬ ਚ ਕਿਤੇ ਜਿੱਥੇ ਅਹਿਮ ਗੱਲੇ ਮੁੱਦੇ ਹੁੰਦੇ ਆ ਉਥੇ ਨਹੀਂ ਜਾਣਾ ਟੋਲ ਟੈਕਸ ਬੰਦ ਕਰਾਉਣ ਲਈ ਜਾ ਸਕਦੇ ਆ ਉਹ ਕਿਹਦੇ ਮੁੱਖ ਮੰਤਰੀ ਦਾ ਕੰਮ ਹੁੰਦਾ ਟੋਲ ਟੈਕਸ ਬੰਦ ਕਰਉਣਾ ਤੁਹਾਡਾ ਕੋਈ ਰੋਡ ਡਿਪਾਰਟਮੈਂਟ ਹੋਊਗਾ ਬ੍ਰਿਜ ਦੇ ਨਾਲ ਰੋਡ ਹੋਊਗਾ ਪੀਡਬਲਯੂਡੀ ਹੋਊਗਾ ਟ੍ਰਾਂਸਪੋਰਟ ਡਿਪਾਰਟਮੈਂਟ ਹੁੰਦਾ ਉਹ ਅਕਸਰਾਂ ਦੀ ਡਿਊਟੀ ਲਾਓ ਕਰਨ ਜਾਂ ਤੁਸੀਂ ਕੋਈ ਕਲੀਨਿਕ ਦਾ ਉਤਕਾਟ ਕਰਨ ਕਰੀ ਜਾਂਦੇ ਹੋ ਕਿਤੇ ਪ੍ਰਾਇਮਰੀ ਸਕੂਲ ਤੇ ਜਾ ਹੀ ਜਾ ਰਹੇ ਹੋ ਟੀਚਰਾਂ ਨੂੰ ਨਿਯੁਕਤੀ ਪੱਤਰ ਦੇ ਹੀ ਜਾ ਰਹੇ ਹੋ ਚਪੜਾਸੀਆਂ ਨੂੰ ਨਿਯੁਕਤੀ ਪੱਤਰ ਦੇ ਹੀ ਜਾ ਰਹੇ ਹੋ ਇਹ ਕੰਮ ਮੁੱਖ ਮੰਤਰੀ ਦੇ ਹੁੰਦੇ ਆ ਸਾਹਿਬ اہم گلیاں ਲਈ मुख्यमंत्री ਕੋਲੇ ਸਮਾਂ ਨਹੀਂ لیکن ਉਹਦੇ ਜੋ ক্রিকেট ਮੈਚਾਂ ਦਾ ਸਾਮਾਨ ਕਰ ਰਹੇ تھے ਉਹਨਾਂ ਨੂੰ ਬਹੁਤ ਵੱਡੀ ਇੱਕ سٹوری ਮਿਲ ਗਈ نیوز پیپر ਵਾਲੀ ਦੀ ਕਹਾਣੀ ਕਦੇ ਸਟੋਰ ਸਕੂਪ ਮਿਲ ਗਿਆ ਚੰਨੀ ਦੇ ਖਿਲਾਫ ਪਲੇਅਰ ਨੇ ਆਪਣਾ ਦੁੱਖਰਾ ਰੋਇਆ ਕਿ ਮੇਰੇ ਕੋਲੋਂ ਨੌਕਰੀ ਮੰਗਣ ਲਈ 2 ਕਰੋੜ ਰੁਪਏ ਮੰਗਾਤ ਮੰਗਿਆ ਗਿਆ ਮੈਨੂੰ ਪਹਿਲਾਂ ਲੱਗਿਆ ਕਿ ਕਿਤੇ 2 ਲੱਖ ਮੰਗਿਆ ਗਿਆ ਮੈਂ 2 ਲੱਖ ਰੁਪਏ ਲੈ ਕੇ ਪਹੁੰਚ ਗਿਆ ਤੇ ਇਹਨਾਂ ਦੇ ਭਤੀਜੇ ਨੇ ਕਿਹਾ ਕਿ 2 ਲੱਖ ਨਹੀਂ ਨਹੀਂ ਚਾਹੀਦਾ ਤੁਹਾਨੂੰ ਅਗਰ 2 ਕਰੋੜ ਚਾਹੀਦਾ ਭਾਈ ਮੇਰੇ ਅਗਰ ਰਿਸ਼ਵਤ ਲੈਣੀ ਗੁਨਾਹ ਹੈ ਤੇ ਰਿਸ਼ਵਤ ਦੇਣੀ ਵੀ ਤਾਂ ਗੁਨਾਹ ਹੈ ਤੁਸੀਂ ਆਪਣੇ ਮੂਹੋਂ ਮੰਨ ਰਹੇ ਹੋ ਕਿ ਮੈਂ 2 ਲੱਖ ਰੁਪਏ ਲੈ ਕੇ ਗਿਆ ਪਰ ਅਗਲੇ ਨੇ ਲਏ ਤਾਂ ਨਹੀਂ ਉਹਨੇ 1% ਸਟੇਟਮੈਂਟ ਅਗੇਂਸਟ ਨਾਗਰ ਪਰਚ ਸਟੇਟਮੈਂਟ ਗਵਾਹ ਕੌਣ ਹੈ ਇਹਦਾ ਕਿਹਦੇ ਸਾਹਮਣੇ ਇਹ ਗੱਲਾਂ ਹੋਈਆਂ ਕੋਈ ਟੈਲੀਫੋਨਿਕ ਕਾਰਬੋਲੇਸ਼ਨ ਰਿਕਾਰਡਡ ਹੈ ਜਾਂ ਨਹੀਂ ਤੁਹਾਡੀ ਆਪਸ ਵਿੱਚ ਗੱਲਾਂ ਹੋਈਆਂ ਹੋ ਰਿਕਾਰਡਡ ਹੈ ਪਰ ਮੁੱਖ ਮੰਤਰੀ ਤਸਵੀਰ ਦਿਖਾਉਂਦੇ ਆ ਜਿਹੜੀ ਸਟਿਲ ਫੋਟੋਗ੍ਰਾਫੀ ਹੈ ਕੋਈ ਵੀਡੀਓਗ੍ਰਾਫੀ ਨਹੀਂ ਹੈ ਜੇ ਗੱਲਾਂ ਵੀ ਨਾਲ ਸੁਣ ਉਸ ਸਟਿਲ ਫੋਟੋਗ੍ਰਾਫ ਚ ਬੰਦਾ ਤੇ ਉਹਦਾ ਪਿਓ ਚਨੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਲੇਕਿਨ ਉਸ ਜਿਹੜਾ ਬੰਦਾ ਹਾਜ਼ਰ ਸੀ ਨਾਲ ਸਮੇਂ ਦਾ ਹੈਲਥ ਮਿਨਿਸਟਰ ਬਲਬੀਰ ਸਿੱਧੂ ਉਹ ਕਹਿੰਦੇ ਮੈਂ ਤਾਂ ਉਹ ਮੁੰਡਾ ਜਿਹੜਾ ਹੈ ਕ੍ਰਿਕਟਰ ਉਹ ਮੇਰੇ ਇਲਾਕੇ ਦਾ ਹੈ ਮੈਂ ਉਹੀ ਟੀਮ ਮਿਨਿਸਟਰ ਨਾਲ ਮੁਲਾਕਾਤ ਕਰਾ ਕੇ ਜੀ ਇੱਕ ਹਸਪੀਟਲ ਦਾ ਕੁਦਕਾਟਨ ਕੀਤੀ ਮੈਂ ਹੈਲਥ ਮਿਨਿਸਟਰ ਸੀ ਤੇ ਟੀਮ ਮਿਨਿਸਟਰਾਇ ਹੈ ਸੀ ਮੈਂ ਮੜਾਤਾ ਪਰ ਮੇਰੇ ਸਾਹਮਣੇ ਇਹੋ ਜੀ ਕੋਈ ਗੱਲ ਨਹੀਂ ਹੋਈ ਕਿ ਤੂੰ 2 ਕਰੋੜ ਦੇ ਜਾਂ 2 ਲੱਖ ਦੇ ਜਾਂ ਕੋਈ ਪੈਸਾ ਦੇ ਹੁਣ ਇੱਕ ਬੰਦੇ ਨੇ ਇਲਜ਼ਾਮ ਲਾਇਆ ਪਹਿਲੀ ਗੱਲ ਇਹ ਹੈ ਕਿ ਇੱਕ ਤੋਂ ਪੁਰਾਣੀਆਂ ਗਲਤੀਆਂ ਜਿਹੜੀਆਂ ਸਰਕਾਰਾਂ ਨੇ ਕੀਤੀਆਂ ਸੀ ਉਹਦਾ ਖਮਿਆ比亚 ਸਾਬ ਲੋਕਾਂ ਨੂੰ ਭੋਗਤਣਾ ਪੈ ਰਿਹਾ ਪਹਿਲੀ ਗੱਲ ਤਾਂ ਇਹ ਆ ਕਿ ਕਰੈਕਟਰਸ ਨੂੰ ਸਰਕਾਰੀ ਨੌਕਰੀ ਮਿਲ ਹੀ ਨਹੀਂ ਸਕਦੀ ਬੜੇ ਕਰੈਕਟਰਸ ਕੋਲ ਕਚਾਰੀਆਂ ਤੱਕ ਗਏ ਲੇਕਿਨ ਨਹੀਂ ਕਿਉਂਕਿ cricket ਇੰਟਰਨੈਸ਼ਨਲ ਖੇਡਾਂ ਜਿਹੜੀਆਂ ਰਹਿ ਕੇ ਕਿ ਨਾਈਸ ਖੇਡਾਂ ਨੇ ਉਹਨਾਂ ਚ ਸ਼ਾਮਿਲ ਨਹੀਂ 올림픽 ਦੇ ਉਹ ਵਿਦਿਅਕ ਕਲਮਸ ਨਹੀਂ ਆਉਂਦੀ ਕਿਉਂਕਿ ਕਲਮਸ ਨਹੀਂ ਆਉਂਦੀ ਜਿਹੜੀਆਂ ਖੇਡਾਂ 올ੰਪਿਕ ਵਿੱਚ ਖੇਡੀਆਂ ਜਾਂਦੀਆਂ ਨੇ ਚੰ ਉਹਨਾਂ ਨੂੰ ਹੀ ਖੇਡ ਦਾ ਦਰਜਾ ਦਿੱਤਾ ਗਿਆ ਉਹ ਫੁੱਟਬਾਲ ਹੈ ਫੁੱਟਬਾਲ ਵੀ ਨਹੀਂ ਹੈ ਹਾਕੀ ਹੈ ਹਾਕੀ ਵੀ ਕੱਢਣ ਲੱਗੇ ਸੀ ਸ਼ਾਇਦ ਦੁਬਾਰਾ ਰੱਖੀ ਕਬੱਡੀ ਵੀ ਨਹੀਂ ਹੈ ਉਹਦੇ ਵਿੱਚ ਉਹ ਚ ਰੈਸਲਿੰਗ ਹੈ ਸ਼ੂਟਿੰਗ ਹੈ تیر ਅੰਦਾਜ਼ੀ ਹੈ ਐਥਲੈਟਿਕਸ ਹੈ ਜਿਹਾਾਈ ਜੰਪ ਲੌਂਗ ਜੰਪ ਟ੍ਰਿਪਲ ਜੰਪ ਗੋਲਾ ਚੁੱਟਣ ਵੀ ਖੇਡ ਹੈ ਔਰ ਨੇਰਾ ਚਟਣੜ ਦੀ ਗੇਗ ਹੈ। ਹੋਰ ਬਹੁਤ ਸਾਰੀਆਂ ਇਹੋ ਜੀਆਂ ਐਥਲੈਟਿਕਸ ਔਰ ਦੂਸਰੀਆਂ ਰਿਲੇ ਰੇਟਸ ਵਰਦੂਤੀਆਂ ਹਨ। ਉਹ ਖੇਡਾਂ ਜਿਹੜੀਆਂ ਇੰਟਰਨੈਸ਼ਨਲਿ ਰੈਕਗਨਾਈਜ਼ਡ ਖੇਡਾਂ ਨੇ ਸਿਰਫ ਉਹਨਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਹੁੰਦੀ ਹੈ। ਇਹੋ ਇਹਨਾਂ ਜਿਹੜੇ ਜਿੱਤੇ ਕੰਟਰੀ ਰਿਪਰੈਜ਼ੈਂਟ ਕਰਦੇ ਐ। ਉੱਥੇ ਪਾਰਟਿਸਪੈਂਟ ਜਿਹੜੇ ਨੇ ਉਹ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਐ। ਉਹਨਾਂ ਦੇ ਜਿੱਤਣ ਨਾਲ ਉਹਨਾਂ ਦੇ ਦੇਸ਼ ਦਾ ਝੰਡਾ ਲਹਿਰਾਇਆ ਜਾਂਦਾ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਦੇਸ਼ ਲਈ ਵੀ ਔਰ ਖਿਡਾਰੀਆਂ ਔਰ ਖਧਾਰਨਾ ਲਈ ਵੀ ਉਹਨਾਂ ਲੋਕਾਂ ਨੂੰ ਹੀ ਸਰਕਾਰੀ ਨੌਕਰੀ ਮਿਲ ਸਕਦੀ ਜਾਂ ਇਹੋ ਜਿਹੇ ਹੋਰ ਆਧਾਰੇ ਜਿਹੜੇ 올림픽 ਚਾਰਟਰ ਦੇ ਨਾਲ-ਨਾਲ ਚੱਲਦੇ ਆ ਜਿਵੇਂ ਯੂਰੋਪੀਅਨ ਗੇਮਸ ਹਾਂ ਇਹਨਾਂ ਗੇਮਸ ਹਾਂ ਆਪਨ ਵੈਲਥ ਗੇਮਸ ਹਾਂ ਇੰਟਰਨੈਸ਼ਨਲ ਮੀਟਸ ਹੁੰਦੀਆਂ ਨੇ ਉਹ ਜਿੱਥੇ ਸਾਰੀਆਂ ਉਹ ਹੀ ਖੇਡਾਂ ਨੇ ਜਿਹੜੀਆਂ 올림픽 ਵਿੱਚ ਹੁੰਦੀਆਂ ਨੇ ਕਿਉਂਕਿ 올림픽 4 ਸਾਲ ਬਾਅਦ ਇੱਕ ਵਾਰੀ ਆਉਂਦੀ ਹੈ ਇਹਨਾਂ ਵਿਚ ਉਹਨਾਂ athletes ਦਾ competitive skill ਜਿਹੜੀਆਂ ਉਹ ਵਧਤਰਾ ਰਹਿਣ ਇਸ ਕਰਕੇ ਸਮੇਂ-ਸਮੇਂ ਤੇ international events ਤੇੜੇ ਆਉਂਦੇ ਚੱਲਦੇ ਰਹਿੰਦੇ ਆ ਖਿਡਾਰੀਆਂ ਨੂੰ ਇੱਕ ਮੌਕਾ ਮਿਲਦਾ ਰਹੇ compete ਕਰਨ ਦਾ ਉਹਨਾਂ ਲੋਕਾਂ ਨੂੰ ਸਰਕਾਰੀ ਨੌਕਰੀ ਮਿਲਦੀ ਤੁਸੀਂ ਦੇਖਿਆ ਹੋਣਾ ਕਿ ਉਹਨਾਂ sports ਦੀਆਂ ਸਰਕਾਰੀ ਅਧਾਰਿਆਂ ਦੀਆਂ ਆਪਣੀਆਂ ਟੀਮਾਂ ਵੀ ਹੈਗੀਆਂ ਜਿਵੇਂ ਰੇਲਵੇ ਦੀ ਹਾਕੀ ਦੀ ਟੀਮ ਫੁੱਟਬਾਲ ਦੀ ਟੀਮ ਇਸੇ ਤਰ੍ਹਾਂ ਭਾਰੀ ਜਿਹੜੀਆਂ ਵੱਡੀਆਂ ਕੰਪਨੀਆਂਜ਼ ਨੇ आरसीएफ ਦੀ ਕ੍ਰਿਕਟ ਦੀ ਟੀਮ ਬਣਾਈ ਹੋਈ ਉਹਨਾਂ ਨੇ ਲੇਕਿਨ ਆਰਸੀਐਫ ਪਰ ਦੂਸਰੇ ਜਿਹੜੇ ਸੈਮੀ ਗਵਰਨਮੈਂਟ ਅਧਾਰੇ ਨੇ ਸਰਕਾਰੀ ਅਧਾਰੇ ਨਹੀਂ ਸੈਮੀ ਗਵਰਨਮੈਂਟ ਜਾਂ ਅਰਧ ਨਿਰਵਿਸ਼ਕਾਇਦ ਨੇ ਕਿ ਸਰਕਾਰ ਅਰਧ ਸਰਕਾਰੀ ਸੰਸਥਾ ਜਿਹੜੇ ਉਥੇ ক্রিকেট ਵਾਲਿਆਂ ਨੂੰ ਨੌਕਰੀ ਮਿਲਦੀ ਹੈ ਜਿਵੇਂ ਸਭ ਤੋਂ ਪੁਰਾਣੇ ਫੀਲਰ ਕਰੇਕਟਰ ਪਲੇਅਰ ਬਣ ਕੇ ਜੀਟ ਵਾਡੇਕਰ ਇਹ ਇੰਡੀਆ ਦੀ ਕ੍ਰਿਕਟੀਨ ਦੇ ਕੈਪਟਨ ਰਹੇ ਬੜੇ ਸਾਹ ਬੜਾ ਨਾਕਮਾਇਆ ਪੁਸਟ ਸਟੇਟ ਬੈਂਕ ਆਫ ਇੰਡੀਆ ਦੀ ਵਿੱਚ ਨੌਕਰੀ ਕਰਦੇ ਸੀ ਮੈਨੇਜਰ ਦੀ ਮੁੰਬਈ ਦੇ ਵਰਲੀ ਇਹ ਕਲਾਕਾ ਉੱਤੇ ਬੈਂਕ ਬਾਕ ਡਰਾਈ ਕਲੀਨਰ ਰਹਿੰਦੇ ਸੀ ਉਹਦੇ ਥੱਲੇ ਜਿਹੜ ਨਾਲ ਜਿਹੜੀ ਸਟੇਟ ਬੈਂਕ ਆਫ ਇੰਡੀਆ ਦੀ ਬਰਾਮ ਸੀ ਉਹਦੀ ਬਤਰਾ ਕਰਦੇ ਸੀ ਕਈ ਵਾਰੀ ਅਸੀਂ ਮੈਨਿੰਦਾ ਦੇ ਸੀ ਇੰਟਰਵਿਊ ਕਰਨ ਜਾਣਾ ਆਪਣੇ ਆਪਾਰ ਵੱਲੋਂ ਤੇ ਉਹਨਾਂ ਨੂੰ ਉਹ ਛੋਟੀ ਜੀ ਬ੍ਰਾਂਚ ਤੇ ਜਾ ਕੇ ਮਿਲਦੇ ਹੁੰਦੇ ਲੇਕਿਨ ਬਹੁਤ ਘੱਟ ਲੋਕਾਂ ਨੇ ਨੌਕਰੀਆਂ ਲਈਆਂ ক্রিকেট ਵਾਲੇ ਆਮ ਤੌਰ ਤੇ ਕਿਤੇ ਨੌਕਰੀ ਮੰਗਦੇ ਨਹੀਂ ਇਸੇ ਤਰ੍ਹਾਂ ਆਰਸੀ ਹੈ ਰਾਸ਼ਟਰੀ ਕੈਮੀਕਲ ਫਰਟੀਲਾਈਜ਼ਰ ਕੰਪਨੀ ਉਹਦੇ ਬਲਵਿੰਦਰ ਸੰਧੂ ਉਹ ਵੀ ਪੰਜਾਬੀ ਮੁੰਡਾ ਇਹ 1983 ਦਾ ਵਰਲਡ ਕੱਪ ਜਦੋਂ ਕਪਰਦੇਵ ਦੀ ਕਪਤਾਨੀ ਦੇ ਚਿੱਤੇ ਕੇ ਆਈ ਸੀ ਉਸ ਟੀਮ वो भी हिस्सेदार वर्ल्ड कप जेतु है क्रिकेट का उन्होंने आर सी अपने नौकरी दिखी थी इस तरह बड़े लोग कोई एयर इंडिया कोई इंडियन ऑयल कोई भारत पैट्रोलीयम कोई हिंदुस्तान पट्रोलीयम कोई इस तरह के जेडे नीम सरकारी अर्ध सरकारी संगठन ने उन्हना नौकरिया मिलती लेकिन बाकी जेकारी अदारे केंद्र सरकार और राज्य सरकार ਇਹਨਾਂ ਦੇ ক্রিকেট ਵਾਲਿਆਂ ਨੂੰ ਨੌਕਰੀ ਨਹੀਂ ਮਿਲਦੀ ਪਰ ਪੰਜਾਬ ਦਾ ਦਸਤੂਰ ਆਲਾ ਕੀ ਹੈ ਇੱਥੇ ਕੋਈ ਕਾਨੂੰਨ ਕਾਨੂੰਨ ਨੂੰ ਕੋਈ ਨਹੀਂ ਮੰਨਦਾ ਹਰਪ੍ਰੀਤ ਸਿੰਘ ਨੇ 400 ਵਿਕਟਾਂ ਤੋਂ ਉੱਪਰ ਵਿਕਟਾਂ ਲੈ ਰੀਆਂ ਤੋਂ ਸਬੰਧੀ ਸਰਕਾਰ ਨੇ ਉਹਨੂੰ ਡੀਐਸਪੀ ਲਗਾ ਦਿੱਤਾ ਪੂਰੇ ਜਿਹੜੇ ਸਰਕਾਰੀ ਕਾਨੂੰਨ ਸੀ ਮਾਨਮਤਾ ਸੀ ਉਹਨਾਂ ਨੂੰ ਤਾਕਤ ਤੇ ਰੱਖਦੇ ਮੇਰਾ ਹਰਪ੍ਰੀਤ ਸਿੰਘ ਨਾਲ ਕੋਈ ਦੁਸ਼ਮਣੀ ਲੜਾ ਦੇਣਾ ਨਹੀਂ ਪਰ ਤੁਸੀਂ ਜਦੋਂ ਕਾਨੂੰਨ ਤੋੜ ਕੇ ਇੱਕ ਪ੍ਰੈਜ਼ੀਡੈਂਟ ਬਣਾ ਦਿੰਨੇ ਹੋ ਉਹਦਾ ਫਾਇਦਾ بڑے ਲੋਕ ਉਠਾ ਲੈਂਦੇ ਉਹ ਤੁਹਾਡੀ ਕੋਈ ਅਮਨ ਕਰਕੇ ਕੋਈ ਕ੍ਰਿਕਟਰ ਸੀ ਉਹਨੂੰ ਵੀ ਨੌਕਰੀ ਦਿੱਤੀ ਗਈ ਹਾਲਾਂਕਿ ਤੁਹਾਡੇ ਏਸ਼ੀਅਨ ਗੇਮਸ ਤੇ ਮੈਡਲ ਜਿੱਤਣ ਵਾਲੇ ਮੁੰਡੇ ਕੁੜੀਆਂ ਕਾਮਨਵੈਲਥ ਗੇਮ ਜਿੱਤਣ ਵਾਲੇ ਮੁੰਡੇ ਕੁੜੀਆਂ ਉਹ ਧੱਕੇ ਖਾਂਦੇ ਕਰਦੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਦਿੰਦਾ ਜਿਹੜੇ ਦੇਸ਼ ਲਈ ਜਾਂਦੇ ਔਰ ਮੈਡਲ ਜਿੱਤ ਕੇ ਆਉਂਦੇ ਆ ਬਲਕਿ ਇਹ ਉਹਦੇ ਅਪਰੀਲ ਦਾ ਇਨਾਂ ਨੇ ਰੈਸਲਿੰਗ ਦੇ ਫੀਲਡ ਵਿੱਚ ਮੱਲਾ ਮਾਰੀਆਂ ਉਹਨਾਂ ਦੀ ਦਿੱਲੀ ਕੀ ਹਾਲਤ ਉਹ ਇਹ ਤੁਸੀਂ ਦੇਖਿਆ ਸਾਰਿਆਂ ਨੌਕਰੀਆਂ ਤਾਂ ਦੂਰ ਦੀ ਗੱਲ ਹੈ ਪੁਲਿਸ ਵਾਲਿਆਂ ਨੇ ਆਪਣੇ ਪੈਰਾਂ ਥੱਲੇ ਉਹਨਾਂ ਦੇ ਉਹਨਾਂ ਦੇ ਮੂੰਹ ਤੇ ਟੇਰਿਆਂ ਤੇ ਬੂਟ ਰੱਖ ਕੇ ਆਪਣੀ ਬਹਾਦਰੀ ਦਿਖਾਈ ਹੈ ਇਹ ਅਤੀਤ ਤੀਰਤ ਕਰਦੇ ਹਨ ਔਰ ਇੱਕ ਕੋ ਕਰੈਕਟਰ ਜਿਹੜੇ ਇੱਕ ਰੰਜੀ ਟ੍ਰੋਫੀ ਦਾ ਇੱਕ ਮੈਚ ਖੇលਿਆ ਛੋਟਾ-ਬੋਟਾ ਜਤਿੰਦਰ ਸਿੰਘ ਔਰ ਜਿਹੜੀ ਚੰ ਪੰਜਾਬ 11 ਨਾਲ ਜਿਹੜੀ ਆਈਪੀਐਲ ਦੀ ਟੀਮ ਜਿਹੜੀ ਹੈ ਉਹਦੇ ਚੋਂ ਨੈਟ ਪ੍ਰੈਕਟਿਸ ਕਰਵਾਉਣ ਲਈ ਸਪਿਨ ਬੋਲਰ ਹੈ ਪੂਲ ਫਲੈਗ ਟੀਮ ਦਾ ਮੈਂਬਰ ਨਹੀਂ ਹੈ ਅੰਦਾਜ਼ਾ ਲਾ ਲੋ ਕਿ ਅਜੇ ਆਈਪੀਐਲ ਟੀਮ ਦਾ ਪੂਰਾ ਮੈਂਬਰ ਨਹੀਂ ਹੈ ਇਹ ਕੰਟਰ ਸਟਡੀ ਕਿਸਮ ਦਾ ਆਦਮੀ ਹੈ ਉਹਦੇ ਹੋਰ ਸਾਲ ਦੋ ਸਾਲ ਲੁਕਿਤੇ ਇੰਪਰੂਵ ਕਰ ਗਿਆ ਆਪਣੀ ਪੱਕੀ ਜਗ੍ਹਾ ਟੀਮ ਚ ਬਣਾਏਗਾ ਜਿਸ ਹੈ ਨੂੰ ਨਾਕਲੀ ਮੰਗਲ ਦੀ ਲੋੜ ਹੀ ਨਹੀਂ ਪੈਣੀ। ਔਰ ਤੁਸੀਂ ਇੱਕ ਰੰਜੀ ਮੈਚ ਖੇਡ ਕੇ ਜਾਂ ਦੋ ਰੰਜੀ ਮੈਚ ਖੇਡ ਕੇ ਜਿਹਦਾ ਸਟੈਂਡਰਡ ਅੱਜਕੱਲ ਸਕੂਲ ਜਾਂ ਕਾਲਜ ਕ੍ਰਿਕਟ ਤੋਂ ਵੀ ਥੱਲੇ ਡੇਕ ਗਿਆ। ਔਰ ਵੀਸੀਟੀਆਈ ਜਿਹੜੀ ਯਾ ਕ੍ਰਿਕਟ ਕੰਟਰੋਲ ਬੋਰਡ ਜੜਾ ਉਹ ਇਸ ਟੂਰਨਾਮੈਂਟ ਨੂੰ ਬੰਦ ਕਰਨ ਦੀ ਸੋਚ ਰਹੀ ਹੈ। ਕਿ ਇਹਦਾ ਕੋਈ ਫਾਇਦਾ ਨਹੀਂ ਹੈ। ਇਹਦਾ ਕੋਈ ਲਾਭ ਨਹੀਂ ਹੋ ਰਿਹਾ। ਚਿਰ ਖਰਚਾ ਹੋ ਰਿਹਾ ਔਰ ਟਾਈਮ ਵੇਸਟ ਹੋ ਰਿਹਾ। ਉਸ ਗੇਮ ਤੇ ਕੇ 10000 ਰੁਪਏ ਤੁਸੀਂ ਮੰਗ ਰਹੇ ਹੋ ਸਰਕਾਰੀ ਨੌਕਰੀ ਜਾਂ ਤਾਂ ਹਰ ਭਜਨ ਸਿੰਘ ਆ ਗੋ 400 ਵਿਕਟਾ ਲੈ ਲਓ ਫੇਰ ਨੌਕਰੀ ਮੰਗੋ ਜਾਂ ਕੋਈ 10000 ਰੁਪਏ ਰਨ ਬਣਾ ਲਓ ਘਟੋ ਘਟ ਫੇਰ ਨੌਕਰੀ ਮੰਨੋ ਤੇ ਰੰਜੀਤ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਇਸ ਕਰਕੇ ਨੌਕਰੀ ਮੰਗ ਰਹੇ ਆ ਔਰ ਉਹਦੇ ਵੀ ਅਰੰਜੀਤ ਤੇ ਗਣ ਲਈ ਵੀ ਲੋਕੀ ਕੀ ਹੱਥ ਕੱਢੇ ਪਾਉਂਦੇ ਉਹ ਵੀ ਸਾਰੇ ਨੂੰ ਪਤਾ ਉਥੇ ਮੈਰਿਟ ਤੇ ਘੱਟ ਸਿਲੈਕਸ਼ਨ ਹੁੰਦੀ ਆ ਸਫਾਰਸ਼ਾਂ ਤੇ ਜ਼ਿਆਦਾ ਹੁੰਦੀ ਹੈ। ਔਰ ਜਿਹੜੀਆਂ ਵੱਡੀਆਂ ਸਟੇਟਸ ਨੇ ਮਹਾਰਾਸ਼ਟਰ ਹੋਇਆ, ਦਿੱਲੀ ਹੋਇਆ ਜਿੱਥੇ ਜਿੱਥੇ ਦੀਆਂ ਟੀਮਾਂ ਬੜੀਆਂ ਸਟਰੋਂਗ ਨੇ। ਉੱਥੇ ਜਦੋਂ ਪਲੇਅਰਸ ਨੂੰ ਮੌਕਾ ਨਹੀਂ ਮਿਲਦਾ ਨਵੇਂ ਲੋਕਾਂ ਨੂੰ ਉਹ ਆਪਣੀ ਸਟੇਟ ਛੱਡ ਕੇ ਜਾਂਦਾ ਕਲਕੱਤੇ ਚਲੇ ਜਾਂਦੇ, ਬਿਹਾਰ ਚਲੇ ਜਾਣਗੇ, ਲਖਨਊ ਦੀ ਟੀਮ ਤੇ ਜਾ ਕੇ ਔਰ ਸਿਰਫ ਰੰਜੀ ਦੇ ਡਰ ਲਈ ਇਹ ਦਸਲ ਲਈ ਕੇ ਆਤੀ ਅਰਪ੍ਰੇਜ਼ੈਂਟ ਕੀਤਾ ਇੱਕ ਸਟੇਟ ਨੂੰ। ਹੁਣ ਇੱਕ ਬੰਦਾ इवन ਆ ਸੈਟਨ ਤੰਦੂਲ ਕਰਦਾ ਬੇਟਾ ਕਲਕੱਤੇ ਜਾ ਕੇ ਖੇਡਦਾ ਰਿਆ ਰਾਂਜੀ ਟੀਮ ਤਾਂ ਕਿ ਉਹਦਾ ਕੀ ਨਾਮ ਆ ਜਾਵੇ ਕਿਤੇ ਹੁਣ ਉਹ ਕਲਕੱਤੇ ਰਾਂਜੀ ਟੀਮ ਖੇਡ ਕੇ ਇੱਕ ਸੀਜ਼ਨ ਉਸ ਤੋਂ ਬਾਅਦ ਕੋਈ ਮੈਨੂੰ ਕਲਕੱਤਾ ਚ ਡੀਐਸਪੀ ਲਾ ਦੇ ਉਹ ਕਲਕੱਤਾ ਦੀ ਪੁਲਿਸ ਦੀ ਕਿਤੇ ਤੱਕ ਜਾਣੋ ਨਾ ਸੋ ਇਸ ਕਰਕੇ ਕ੍ਰਿਕਟਰਸ ਨੂੰ ਕਾਨੂੰਨੀ ਤੌਰ ਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਇਹ ਕੁਝ ਤੋਂ ਗਲਤੀਆਂ ਪੁਰਾਣੀ ਸਰਕਾਰ ਨੇ ਕੀਤੀਆਂ ਉਹਨੂੰ ਵੇਖ ਨਹੀਂ ਬਣਾਇਆ ਜਾ ਸਕਦਾ ਤੁਸੀਂ ਇਹ ਅੰਦਾਜ਼ਾ ਲਾ ਲੂ ਕਿ ਹਰ ਸਾਲ ਸੈਂਕੜੇ ਕ੍ਰਿਕਟਰ ਪੈਦਾ ਹੁੰਦੇ ਇੰਡੀਆ ਨੂੰ ਰਿਪਰਿਜ਼ੈਂਟ ਕਰਨ ਵਾਲੇ ਹਾਕੀ ਤੋਂ ਫੁੱਟਬਾਲ ਇਹਨਾਂ ਸਪੋਰਟਸ ਦੇ ਵਿੱਚ ਕਿੰਨੇ ਪਲੇਅਰ ਸਾਲ ਦੇ ਆਉਂਦੇ ਹੋਣੇ ਉਹ ਵੀ ਅੱਜਕੱਲ ਸਰਕਾਰੀ ਨੌਕਰੀਆਂ ਵੀ ਮੰਗਦੇ ਕਿਉਂਕਿ ਉਹਨਾਂ ਨੂੰ ਆਪਣੀ ਮਿਹਨਤ ਕਰਦੇ ਅਰ ਚੰਗੇ ਕਾਫੀ ਪੈਸੇ ਉਹ ਟੂਰਨਾਮੈਂਟਸ ਤੋਂ ਕਮਾ ਲੈਂਦੇ ਔਰ ਕਰیکٹر ਨੂੰ ਤਾਂ ਹਰ ਕਦਮ ਤੇ ਪੈਸੇ ਮਿਲਦੇ ਆ ਗ੍ਰੇਡਿੰਗ ਹੈ ਨਾ ਵੀ 1 ਗ੍ਰੇਡ B ਗ੍ਰੇਡ C ਗ੍ਰੇਡ D ਗ੍ਰੇਡ ਕੁਝ ਨੂੰ ਕੁਝ ਪੈਸੇ ਮਿਲਦੇ ਰਹਦੇ ਆ ਜਿਹੜੇ ਨੀਮ ਆਧਾਰੇ ਤੇ ਉੱਤੇ ਜਾ ਕੇ ਨੌਕਰੀ ਲੈ ਲਓ ਸਰਕਾਰ ਦੀ ਨੌਕਰੀ ਕਿਉਂ ਮੰਗਦੇ ਹੋ ਜਦੋਂ ਤੁਸੀਂ ਰਿਜ਼ਰਵ ਨਹੀਂ ਕਰ ਦਿੱਤੇ ਇੱਕ ਐਗਜ਼ਾਮ ਤੁਸੀਂ ਦਿੱਤਾ ਸਪੋਰਟ ਸਕੋਟੇ ਤੁਸੀਂ ਉਹਦੇ ਤੇ ਆਪਣੀ ਰਹਿਤ ਮੰਗ ਰਹੇ ਹੋ ਜਾਂ ਤਾਂ ਮੈਰਿਟ ਤੇ ਆ ਜਾਓ ਨਹੀਂ ਆਉਂਦੇ ਫਿਰ ਸਪੋਰਟ ਸਕੋਟਾ ਡਿਮਾਂਡ ਕਰਦੇ ਹੋ ਤੁਹਾਡੀ ਗੱਲ ਨਹੀਂ ਮੰਨੀ ਜਾ ਸਕਦੀ ਕਿਉਂਕਿ ਤੁਸੀਂ ਕ੍ਰਾਈਟੇਰੀਆ ਪੂਰਾ ਨਹੀਂ ਕੀਤਾ ਪਾਲੋ ਨਹੀਂ ਕੀਤਾ ਜਾਂ ਤੁਸੀਂ ਉਹ ਉਹ ਦੇ ਕਾਬਿਲ ਨਹੀਂ ਹੋ ਮੈਰਿਟ ਨਹੀਂ ਹੈ ਤੁਹਾਡੀ ਜੇ ਤੁਸੀਂ ਹਾਈ ਕੋਰਟ ਜਾਂਦੇ ਹੋ ਕਿ ਮੇਰੇ ਨਾਲ ਧੱਕਾ ਹੋਇਆ ਹਾਈ ਕੋਰਟ ਨੂੰ ਤੁਹਾਡੇ ਕੇਸ ਕੋਈ ਦਮ ਨਹੀਂ ਲੱਗਦਾ ਉਹ ਤੁਹਾਡੀ ਪੋਜੀਸ਼ਨ ਡਿਸਮਿਸ ਕਰ ਦਿੰਦੇ ਆ ਉਹਨਾ ਦਿਨ ਆ ਕਿ ਜਦੋਂ ਤੁਹਾਡਾ ਕੇਸ ਹਾਈ ਕੋਰਟ ਚੱਲ ਰਿਹਾ ਹੁੰਦਾ ਤੁਸੀਂ ਮੁੱਖ ਮੰਤਰੀ ਨੂੰ ਜਾ ਕੇ ਕਹਿੰਦੇ ਮੈਨੂੰ ਨੌਕਰੀ ਦੇ ਦਿਓ ਮੁੱਖ ਮੰਤਰੀ ਨੇ ਪੁਰਾਣਾ ਮੁੱਖ ਮੰਤਰੀ ਕਹਦਾ ਸਿਫਾਰਿਸ਼ ਕਰਦਾ ਇਹਨੂੰ ਨੌਕਰੀ ਦੇ ਦਿਓ ਹਾਈ ਕੋਰਟ ਦਾ ਆਰਡਰ ਆਈ ਜਾਣਾ ਫੇਰ ਵੀ ਨੌਕਰੀ ਦੇਣੀ ਪੈਣੀ ਆ ਤੇ ਜੇ ਹਾਈ ਕੋਰਟ ਦਾ ਆਰਡਰ ਖਲਾਫ ਆ ਗਿਆ ਫਿਰ ਕੱਢ ਦਿਓ ਕਿ ਜੀ ਐਸੀ ਕੀ ਕਰਨਾ ਹਾਈ ਕੋਰਟ ਦਾ ਆਰਡਰ ਅਸੀਂ ਕੱਢਤਾ ਮਤਲਬ ਇੱਕ ਪੁਰਾਣਾ ਮੁੱਖ ਮੰਤਰੀ ਇੱਕ 플레이ਰ ਲਈ ਇੰਨੀ ਵੱਡੀ ਰეკਮੈਂਡੇਸ਼ਨ ਕਰ ਰਿਆ ਔਰ ਕੰਨੀ ਉਹਦਾ ਸਹਾਰ ਹੋ ਗਿਆ ਪਤਾ ਨਹੀਂ ਹੋਊਗਾ 2 ਕਰੋੜ ਮੰਗੇ ਕਿ 20 ਕਰੋੜ ਮੰਗੇ ਲੈ ਦਿੱਤਾ ਕੋ ਕਿਤੇ ਸਾਫਤਾ ਬਹਿ ਨਹੀਂ ਲੇਕਿਨ ਅਗਰ ਚੰਨੀ ਦੇ ਪਤੀ ਜੇ ਨੇ 2 ਕਰੋੜ ਲਾਣ ਦੀ ਗਲਬਤ ਕੀਤੀ ਸੀ ਉਹਦਾ ਕਿਤੇ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਅਗਰ ਪ੍ਰੂਫ ਹੈ ਤਾਂ ਅੱਜ ਤੱਕ ਭਗਵਾਨ ਜਮਨ ਚੁੱਪ ਕਿਉਂ ਸੀ ਤਿੰਨ ਚਾਰ ਲੈ ਤੇ ਜਾਣਾ ਕਿ 33 2:30 ਵਜੇ ਤੱਕ ਚੰਨੀ ਨੇ ਜਵਾਬ ਨਹੀਂ ਦਿੱਤਾ ਤਮਾਰਾ ਕੋਈ ਪਬਲਿਕ ਨਾ ਸਰਕਾਰ ਦੂਗਾ ਤੁਹਾਡੇ ਕੋਲੇ ਤਾਕਤ ਹੈ ਜੀ ਮੁੱਖ ਮੰਤਰੀਓ ਆਪਣੇ ਕਪਸੰਨ ਨੂੰ ਕੋ ਜਿੱਤੇ ਜੁਰਮ ਦੇਖਣ ਬਣਦੀ ਹੈ ਪਰਚਾ ਦਰਜ ਕਰੋ ਮੰਤਰੀ ਨੂੰ ਪੜੋ ਅੰਦਰ ਚਟੋਰ ਕੇਸ ਕਰੋ ਚਾਲੂ ਕਰੋ ਇੰਤਜ਼ਾਰ ਕਿਸ ਕੱਲ ਦਾ ਲੈ ਦੇ ਕੇ ਗੱਲ ਇਹ ਹੈ ਕਿ ਇੱਕ ਕੇਸ ਕੋਈ ਦਮ ਹੈ ਨਹੀਂ ਇੱਕ ਨਵਾਂ ਪੈਸਾ ਇਧਰੋਂ ਉਧਰ ਨਹੀਂ ਗਿਆ ਉਧਰੋਂ ਇੱਕ ਜਰ ਨਹੀਂ ਗਿਆ ਸਰਵੈਲੀਕੇਸ਼ਨ ਲੱਗ ਰਹੀਆਂ ਇੱਕ ਬੰਦੇ ਨੇ ਕੀ ਕਿਹਾ ਦੂਜੇ ਨੇ ਕੀ ਕਿਹਾ ਇਹ ਕੋਨ ਨਹੀਂ ਇਹਦਾ ਕੋਈ ਆਧਾਰ ਨਹੀਂ ਬਣਦਾ ਤੁਸੀਂ ਪਰਚਾ ਰਜਿਸਟਰ ਕਰ ਵੀ ਲਓ ਚੰਡੀ ਦੇ ਪਾਲ ਪਤੀ ਦੇ ਤੇ ਉਹ ਚੱਲਣਾ ਹੀ ਨਹੀਂ ਕਿਸ ਖਾਰਚ ਹੋ ਜਾਊਗਾ ਫੇਰ ਤੁਹਾਡੀ ਕੀ ਰਹੂਗੀ ਸੋ ਦੋਤ ਇਹ ਲੋਕਾਂ ਦੇ ਆਤਨ ਭਟਕਾਉਣ ਲਈ ਸ਼ੋਸ਼ੇ ਫਾਜੀਆਂ ਹੋ ਰਹੀਆਂ ਮੈਂ ਇੱਕ ਬਹੁਤ ਵੱਡੇ ਬੰਦੇ ਨਾਲ ਗੱਲ ਕਰਨੀ ਚਾਹਦਾ ਇਸ ਵਿਸ਼ੇ ਤੇ ਕੋਈ ਪੁਰਾਣੇ ক্রিকেট ਦੇ ਖਿਡਾਰੀ ਨੇ بڑے ਨਾਮचीन ਬਹੁਤ ਨਾਮਵਾਨ ਦਾ ਲੋਕ ਕੇ ਦਰਵੀ ਕਰਦੇ ਆ ਮੈਂ ਕਿ ਤੁਸੀਂ ਮੇਰੀ ਚੈਨਲ ਤੇ ਜਿਹੜਾ ਲੋਕਾਂ ਨੂੰ ਦੱਸੋ ਇਹ ਪੂਰਾ ਕਿੱਥਾ ਕੀ ਆ ਉਹ ਕਹਿੰਦੇ ਦੋ ਟਕੇ ਦੀ ਕਹਾਣੀ ਨਹੀਂ ਆ ਤੂੰ ਮੈਨੂੰ ਇਹਦੇ ਚਲ ਵਾਰ ਨਾ ਕਰੋ ਮੇਰਾ ਥਮਾ ਬਰਬਾਦ ਹੋਊਗਾ ਇਹ ਸਭ ਡਰਾਮੇ ਬਾਜੀ ਹੈ 2 ਕਰੋੜ 2 ਲੱਖ ਛੱਡੋ ਇਹ ਦੋ ਟਕੇ ਦੀ ਵੀ ਸਟੋਰੀ ਨਹੀਂ ਆ ਖਬਰਾਂ ਲਈ ਲੇਕਿਨ ਤੁਸੀਂ ਪੂਰਾ ਮੀਡੀਆ ਦੇਖ ਲਿਆ ਸਦੋ ਤੋ ਇਹ ਹੋ ਜੇ ਡਰਾਮੇ ਬਾਜੀਆਂ ਤੋਂ ਬਚਣਾ ਚਾਹੀਦਾ ਇਹ ਨੋਟਾਂਕੀਆਂ ਬਹੁਤ ਹੋ ਗਈਆਂ ਭਗਵਾਨਤ ਮਾਨ ਨੇ ਵੀ ਬਚਣਾ ਚਾਹੀਦਾ ਠੀਕ ਉਹਨਾਂ ਨੇ ਆਪਣਾ ਇੱਕ ਕੈਰੀਅਰ ਬਣਾ ਕੇ ਮੱਖ ਮੰਤਰੀ ਬਣ ਗਏ ਹੁਣ ਇਸ ਕਿਸਮ ਦੀ ਆ ਪਬਲਿਸਿਟੀ ਸਟੰਸਟੋ ਡੂ ਰਹਿਣਾ ਚਾਹੀਦਾ ਪਤਾ ਨਹੀਂ ਉਹਨਾਂ ਦੇ ਸਲਾਹਕਾਰ ਕਹੋ ਜਿਨੇ ਕੀ ਸਲਾਹਾਂ ਦਿੱਤੇ ਆ ਆਮ ਤੌਰ ਤੇ ਸਲਾਹਕਾਰ ਪਠਾ ਬਿਠਾਉਂਦੇ ਆ ਬੇਸਿਕਲੀ ਕਿ ਸ਼ਾਇਦ ਇਹ ਵੀ ਜਿਨੇ ਸਲਾਹਕਾਰ ਭਗਵਾਨ ਮਾਨ ਦੇ ਆਲੇ-ਦਾਲੇ ਵੀ ਹੈਗੇ ਗੱਲ ਥੋੜੀ ਜਿਹਾ ਮਾਨਤਰ ਬੰਦੇ ਲੱਭਣ ਦੀ ਹੁੰਦੀ ਹੈ ਪ੍ਰੈਕਟੀਕਲ ਬੰਦੇ ਲੱਭਣ ਦੀ ਹੁੰਦੀ ਆ ਇਹ ਡਰਾਮੇ ਬਾਗੀਆਂ ਸੋਹੇ ਬਾਗੀਆਂ ਇਹਨਾਂ ਤੋਂ ਬਚਣ ਦੀ ਕੋਲੋ ਤੋਂ ਤੋੜ ਵਾਲੇ ਨਾਚੇ ਇਸੇ ਕਿਸਮ ਦੇ ਕਿਤੇ ਕਹਾਣੀਆਂ ਲੈ ਕੇ ਫੇਰ ਆਜ਼ਰ ਹੋਵਾਂਗੇ ਉਦੋਂ ਤੱਕ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ